ਇਸ ਖਬਰ ਨੂੰ ਦੇਖਦੇ ਹੋਏ ਜੇਕਰ ਤੁਸੀਂ ਕੋਈ ਕੰਮਕਾਰ ਕਰ ਰਹੇ ਹੋ ਤਾਂ ਥੋੜ੍ਹੇ ਸਮੇਂ ਲਈ ਕਿਸੇ ਕੁਰਸੀ ਜਾਂ ਟੇਬਲ 'ਤੇ ਬੈਠ ਜਾਓ ਕਿਉਂਕਿ ਅੱਗੇ ਤੁਹਾਨੂੰ ਅਜਿਹਾ ਸੀਨ ਦਿਖਾਉਣ ਜਾ ਰਹੇ ਹਾਂ ਕਿ ਜਿਸ ਨੂੰ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ। ਇਸ ਵੀਡੀਓ 'ਚ ਅੱਗੇ ਕੁਝ ਹੀ ਸੈਕਿੰਡਾਂ 'ਚ ਤੁਹਾਨੂੰ ਅਜਿਹੀ ਤਸਵੀਰ ਦਿਖਣ ਵਾਲੀ ਹੈ। ਹੈ ਤਾਂ ਇਹ ਸੜਕ ਹਾਦਸਾ, ਇਸਦੇ ਅਸਲ ਕਾਰਨ ਕੀ ਰਹੇ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਜਿਸ ਨੂੰ ਫਿਲੌਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ। ਭਾਜੀ ਕੀ ਨਾਮ ਹੈ ਅਤੇ ਕੀ ਹੋਇਆ ਸੀ ਤੁਹਾਡੇ ਨਾਲ, ਹਾਦਸਾ ਕਿੱਦਾਂ ਹੋਇਆ? ਮੇਰਾ ਨਾਮ ਦੀਪਕ ਹੈ। ਹਾਂਜੀ, ਪਿੰਡ ਮੌਲ ਸਾਹਿਬ। ਜੀ ਜੀ, ਮੈਂ ਕੰਮ ਤੋਂ ਆ ਰਿਹਾ ਸੀਗਾ ਜੀ ਬਾਈਕ 'ਤੇ ਅਤੇ ਫਲੋਰ ਮੈਨੂੰ ਟੱਕਰ ਵੀ ਅਤੇ ਮੈਂ ਉਹ ਮੈਨੂੰ ਮੈਂ ਕਿਹਾ ਵੀ ਉਹ ਕਹਿੰਦੇ ਮੈਨੂੰ ਛੱਡਿਆ ਬਈ, ਮੈਂ ਕਿਹਾ ਚੱਲ ਮੈਂ ਗੰਨੇ ਪਿੰਡ ਹੀ ਜਾਣਾ ਕੰਮ 'ਤੇ, ਮੈਂ ਤੈਨੂੰ ਉੱਥੇ ਉਤਾਰ ਦੂੰਗਾ, ਤੂੰ ਉੱਥੋਂ ਆਟੋ ਹੀ ਬਹਿ ਜੀ। ਮੈਂ ਉੱਥੇ ਗੰਨੇ ਪਿੰਡ ਜਾ ਰਿਹਾ ਸੀ, ਬਸ ਰਸਤੇ 'ਚ ਮੋਟਰਸਾਈਕਲ ਬਾਈਕ ਮੋਟਰਸਾਈਕਲ ਬਹੁਤ ਤੇਜ਼ ਸੀਗਾ ਮੂਹਰੇ, ਜਿਹੜਾ ਮੇਰੇ ਮੂਹਰੇ ਜਾ ਰਿਹਾ ਸੀਗਾ ਅਤੇ ਉਹਨੇ ਇੱਕਦਮ ਹੀ ਬ੍ਰੇਕ ਮਾਰਤੀ, ਮੈਂ ਉਹਨਾਂ ਦੇ ਵਿੱਚ ਲੱਗਾ ਮੋਟਰਸਾਈਕਲ 'ਚ, ਮੋਟਰਸਾਈਕਲ ਦੇ ਵਿੱਚ ਵੱਜ ਗਿਆ ਸੀ ਸਾਈਡ ਨੂੰ ਡੈਪੇ, ਸਾਈਡ ਨੂੰ ਡਿੱਗਿਆ ਫਿਰ ਟਰੱਕ ਉੱਪਰ ਚੜ੍ਹ ਗਿਆ। ਕੀ ਲੜਕੀ ਨੌਨ ਸੀ ਤੁਹਾਡੇ? ਹਾਂਜੀ ਨੌਨ ਸੀ ਲੜਕੀ, ਲੱਗ ਵਾਕਫ ਸੀ, ਜਾਣਦੇ ਸੀ? ਜਾਣਦੇ ਸੀ। ਤੁਹਾਡੇ ਕੀ ਲੱਗਿਆ? ਮੇਰੇ ਤਾਂ ਗੁੱਟ ਦੇ ਲੱਗੇ ਬਸ। ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ? ਇੱਕ ਐਕਸੀਡੈਂਟ ਹੋਇਆ, ਬੋਡੀ ਆਈ ਕੀ ਲੱਗਦਾ ਕਿੱਦਾਂ? ਮੇਰਾ ਨਾਮ ਡਾਕਟਰ ਰੋਹਿਤ ਹੈ, SDH ਫਲੌਰ ਤੋਂ। ਇੱਕ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਸਾਡੇ ਤੋਂ, ਇੱਕ ਸੀਗੀ ਕੁੜੀ ਜਿਹਦਾ ਨਾਮ ਸੀਗਾ ਮਨਦੀਪ ਕੌਰ, ਡਾਕਟਰ ਆਫ ਮੇਜਰ ਸਿੰਘ, 16-17 ਸਾਲ ਦੀ ਕੁੜੀ ਸੀਗੀ, ਉਹ ਬਰੋਡਡ ਸੀਗੀ। ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਸੀਗਾ ਗੰਨੇ ਪਿੰਡ ਕੋਲ ਲਾਗੇ, ਕੋਈ ਪੈਟਰੋਲ ਪੰਪ ਲਾਗੇ ਕੋਈ ਹੋਇਆ ਸੀ ਅਤੇ ਉਹ ਤਾਂ ਬਰੋਡਡ ਸੀਗੇ ਕੁੜੀ ਜਿਹੜੀ ਸੀਗੀ। ਇੱਕ ਮੁੰਡਾ ਸੀਗਾ ਦੀਪਕ, ਉਹ ਵੀ ਮਾਊ ਸਾਹਿਬ ਤੋਂ ਹੀ ਆ ਮੁੰਡਾ, ਅਤੇ ਉਹਦੇ ਲੈਫਟ ਰਿਸਟ 'ਤੇ ਫ੍ਰੈਕਚਰ ਆ, ਉਹ ਠੀਕ ਆ, ਉਹਦੀ ਕੰਡੀਸ਼ਨ ਬਿਲਕੁਲ ਠੀਕ ਆ। ਦੂਜੇ ਪਾਸੇ ਇਸ ਮਾਮਲੇ ਦੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵਾਜੀ ਇੱਕ ਗੰਨਾ ਪਿੰਡ ਦੇ ਵਿੱਚ ਐਕਸੀਡੈਂਟ ਹੋਇਆ, ਕੀ ਕਾਰਨ ਦਾ ਐਕਸੀਡੈਂਟ ਹੈ, ਕੀ ਗੱਲਬਾਤ ਹੈ, ਕੀ ਨਾ ਪਤਾ? ਗੰਨੇ ਪਿੰਡ ਰੋਡ 'ਤੇ ਸੁਬਾਹ ਜਿਹੜਾ ਐਕਸੀਡੈਂਟ ਹੋਇਆ ਸੀ ਲੜਕੀ ਦਾ, ਅਤੇ ਟਰੱਕ ਦੇ ਥੱਲੇ ਆਉਣ ਕਰਕੇ ਉਹਦੀ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਡੈੱਡ ਬੋਡੀ ਜਿਹੜੀ ਹੈ ਲਿਆ ਕੇ ਜਿਹੜੀ ਸਿਵਲ ਹਸਪਤਾਲ ਕਾਰਵੀਲੀ ਜਮ੍ਹਾਂ ਕਰਾਤੀ ਹੈ, ਅਤੇ ਜੋ ਵੀ ਉਹਦੇ ਪੇਰੈਂਟਸ ਹੋਣਗੇ ਉਹਨਾਂ ਦੇ ਬਿਆਨ ਲਿਖ ਕੇ ਤਾਂ ਅਸੀਂ ਕਾਰਵਾਈ ਕਰਾਂਗੇ। ਕਿੰਨੀ ਉਮਰ ਕਿੰਨੀ ਹੈ ਲੜਕੀ ਦੀ? ਲੜਕੀ ਦੀ ਉਮਰ ਦੇ ਬਾਰੇ ਵਰਗੇ 17-18 ਸਾਲਾਂ ਦੇ ਕਰੀਬ ਹੈਗੀ। ਕਾਰਨ ਕਿੱਦਾਂ ਹੋਇਆ ਹਾਦਸੇ ਦਾ? ਹਾਦਸੇ ਦੇ ਕਾਰਨਾਂ ਦਾ ਤਾਂ ਤਫਤੀਸ਼ ਕਰੂੰਗਾ ਮੈਂ, ਦੇਖੂੰਗਾ ਵੀ ਕੀ ਗੱਲ ਹੋਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਬਾਕੀ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।